ਬਿੱਡਾਂ 'ਤੇ ਪਾਣੀ ਚੜ੍ਹਾ ਰਹੇ ਹੋ, ਫਿਰ ਬਿੱਡਾਂ 'ਤੇ ਬੀਜਣ ਦੀ ਕੀ ਲੋੜ ਸੀ? ਫਿਰ ਤੁਸੀਂ ਪਲੇਨ 'ਚ ਹੀ ਬੀਜ ਲੈਂਦੇ, ਜੀਰੋ ਡਰਿੱਲ ਹੀ ਕਰ ਲੈਂਦੇ। ਮੱਕੀ ਨੂੰ ਭਰਮਾ ਪਾਣੀ ਲੱਗ ਜਾਣਾ, 15 ਦਿਨਾਂ ਵਾਸਤੇ ਇਹਨੂੰ ਮੌਤ ਪੈ ਜਾਂਦੀ ਹੈ। ਇਹਦੇ ਮੁੜ ਕੇ ਗਡਾਈ ਕਰੇ ਬਿਨਾਂ ਕੋਈ ਹੱਲ ਨਹੀਂ ਹੋਣਾ ਹੈਗਾ, ਜੋ ਮਰਜ਼ੀ ਸਪਰੇਅ ਕਰ ਲਿਓ। ਤੁਸੀਂ ਮਾਰਕੀਟ 'ਚੋਂ ਲਿਆ ਕੇ ਹਿਊਮਿਕ ਐਸਿਡ, ਫੋਲਵਿਕ ਐਸਿਡ, ਅਮਾਈਨੋ ਐਸਿਡ ਜਾਂ ਜਬਰੈਲਿਕ ਐਸਿਡ ਕਰ ਰਹੇ ਹੋ, ਟ੍ਰਾਈਕੋਨਟਾਨੋਲ ਕਰ ਰਹੇ ਹੋ, ਜਿਹੜੀ ਲੋੜ ਹੈਗੀ ਹੈ ਮੱਕੀ ਦੀ ਫਸਲ ਨੂੰ, ਨਿਊਟ੍ਰੀਏਸ਼ਨ ਬਹੁਤ ਘੱਟ ਸਮੇਂ ਵਿੱਚ ਆਮ ਫਸਲ ਨਾਲੋਂ 3 ਗੁਣਾ ਚਾਹੀਦਾ ਹੁੰਦਾ। ਇਸੇ ਕਰਕੇ ਇਹਦੀ ਜੜ੍ਹ ਵੱਡੀ ਹੁੰਦੀ ਹੈ, ਇਸੇ ਕਰਕੇ ਇਹਨੂੰ ਬ੍ਰੈਡ 'ਤੇ ਰਿਕਮੈਂਡੇਸ਼ਨ ਕੀਤੀ ਜਾਂਦੀ ਹੈ। ਬਹੁਤ ਫਸਲਾਂ ਲੱਗਦੀਆਂ ਹੈਗੀਆਂ ਬ੍ਰੈਡ 'ਤੇ, ਪਰ ਤੁਸੀਂ ਨਹੀਂ ਲਾਉਂਦੇ ਹੈਗੇ। ਮੱਕੀ ਸਾਰੇ ਬਿੱਡ 'ਤੇ ਲਾਤੀ, ਪਰ ਬੈੱਡ ਦੇ ਉੱਤੇ ਤਕਨੀਕ ਬੈੱਡ ਵਾਲੀ ਯੂਜ਼ ਨਹੀਂ ਹੋ ਰਹੀ। ਭਰਮਾ ਪਾਣੀ 2.5 ਕਿਲਿਆਂ 'ਚ ਵੀ ਮੋਟਰ ਚੱਲੀ ਜਾਂਦੀ ਹੈ, 10 ਕਿਲਿਆਂ 'ਚ ਵੀ ਮੋਟਰ ਚੱਲੀ ਜਾਂਦੀ ਹੈ। ਕਈਆਂ ਕੋਲ ਨਹਿਰੀ ਪਾਣੀ ਵੀ ਹੈਗਾ, ਨਹਿਰੀ ਪਾਣੀ ਹੈਗਾ ਵਧੀਆ ਗੱਲ ਹੈ, ਮੋਟਰਾਂ ਦਾ ਪਾਣੀ ਘੱਟ ਯੂਜ਼ ਹੋਊਗਾ, ਬਟ ਪਾਣੀ ਓਵਰ ਲੱਗ ਰਿਹਾ ਖੇਤ ਦੇ ਵਿੱਚ, ਮੱਕੀ ਦੀ ਗਰੋਥ ਨਹੀਂ ਇਕਸਾਰ ਹੋਵੇ। ਸਤਿ ਸ਼੍ਰੀ ਅਕਾਲ, ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ। ਮੱਕੀ ਫਸਲ ਮੇਰੀ ਮਨਪਸੰਦ ਫਸਲ ਨਹੀਂ ਹੈਗੀ, ਪਰ ਫਿਰ ਵੀ ਆਪਾਂ ਵੀਡੀਓ ਬਣਾ ਰਹੇ ਹਾਂ ਕਿਉਂਕਿ ਬਹੁਤ ਜਾਣਕਾਰ ਅਤੇ ਬਹੁਤ ਅਣਜਾਣ ਬੰਦਿਆਂ ਨੇ ਵੀ ਇਹ ਫਸਲ ਲਾ ਲਈ। ਮੇਰੇ ਪਿੰਡ ਦੇ ਕਿਸਾਨ ਦੀ ਫਸਲ ਹੈ ਇਹ, ਅਤੇ ਅਸੀਂ ਇੱਥੇ ਗੇੜਾ ਮਾਰਨ ਆਏ ਸੀਗੇ, ਅਤੇ ਮੈਂ ਦੇਖਿਆ ਵੀ ਚਲੋ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਇਹ ਲਗਭਗ 6 ਪੱਤੇ ਹੋ ਚੁੱਕੀ ਹੈ, 1 ਫੁੱਟ ਹੋ ਚੁੱਕੀ ਹੈ, 6 ਤੋਂ 7 ਇੰਚ ਦੀਆਂ ਇਹਦੀਆਂ ਜੜ੍ਹਾਂ ਹੋ ਚੁੱਕੀਆਂ। ਹੁਣ ਇਹ ਰੇਸ ਫੜਨ ਵਾਲੀ ਹੈ, ਜਿਵੇਂ ਇਹਨੂੰ ਠੰਡਾ ਸਿੱਲਾ ਮੌਸਮ ਮਿਲਦਾ ਹੈਗਾ ਤਾਂ ਸਹੀ ਤਰੀਕੇ ਨਾਲ ਬਿਨਾਂ ਬਿੱਡਾਂ ਦੇ ਉੱਪਰ ਪਾਣੀ ਚੜ੍ਹੇ ਜੇਕਰ ਇਹਨੂੰ ਲੱਗਦਾ ਰਹਿੰਦਾ ਤਾਂ ਇਹਨੇ ਬਹੁਤ ਸੋਹਣੀ ਗਰੋਥ ਕਰਨੀ ਆ। ਇੱਥੇ ਜਾ ਕੇ ਤੁਸੀਂ ਨੈਨੋ ਯੂਰੀਆ, ਨੈਨੋ DAP ਸਪਰੇਅ ਕਰੋਗੇ, ਜਿੰਕ ਸਪਰੇਅ ਕਰੋਗੇ, ਕਰਦੇ ਨੇ ਵਧਾਉਣਾ ਵਧੀਆ ਕਰਨਾ, ਪੱਤੇ ਚੌੜੇ ਕਰਨੇ, ਮੈਗਨੀਸ਼ੀਅਮ ਦੀ ਸਪਰੇਅ ਕਰ ਸਕਦੇ ਹੋ, ਸਲਫਰ ਦੀ ਸਪਰੇਅ ਕਰ ਸਕਦੇ ਹੋ। ਬਟ ਪ੍ਰੋਬਲਮ ਕੀ ਆਉਂਦੀ ਹੈਗੀ ਆ ਕਿ ਆਪਣੇ ਖੁੰਡ ਚਰਚਾ ਦੇ ਵਿੱਚ ਅਫਵਾਹਾਂ ਬਹੁਤ ਵੱਡੀ ਜਗ੍ਹਾ ਲੈ ਬੈਠੀਆਂ, ਜਿਹਦੇ ਕਰਕੇ ਮੈਂ ਤਾਂ ਪਿਛਲੇ ਕਿਹੜੇ 80 ਦਿਨਾਂ 'ਚ 4 ਪਾਤਾ ਸੀ ਜੀ, ਮੈਂ ਤਾਂ 70 ਦਿਨਾਂ 'ਚ ਖੇਤ ਖਾਲੀ ਕਰ ਲਿਆ ਸੀ। ਜ਼ਰਾ ਪੁੱਛ ਕੇ ਦੇਖੋ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ, ਤੁਹਾਡੇ ਆਂਢੀ ਗੁਆਂਢੀ ਨੂੰ ਕਿ ਜਿਹੜੇ ਕਿਸਾਨਾਂ ਨੇ 10 ਫਰਵਰੀ ਨੂੰ ਮੱਕੀ ਬਿਜਾਈ ਕੀਤੀ ਸੀ, ਅੱਜ 17 ਮਈ ਹੈ, 16 ਮਈ, ਅਤੇ ਕੀ ਅੱਜ 95 ਦਿਨਾਂ 'ਚ 4 ਪੈ ਗਿਆ ਉਹਨਾਂ ਦਾ? ਨਹੀਂ ਪਿਆ ਹੋਣਾ, ਕਿਉਂਕਿ ਪਹਿਲਾਂ ਠੰਡ ਨਿਕਲ ਕੇ ਗਈ ਹੈ। ਰਾਤ ਦੇ ਸਮੇਂ ਠੰਡਾ ਮੌਸਮ ਚੱਲਦਾ ਸੀ, 1.5 ਡਿਗਰੀ ਆ ਜਿਹੜਾ ਉਹ ਐਵਰੇਜ, 25 ਡਿਗਰੀ ਵੀ ਨਹੀਂ ਆ ਰਹੀ ਸੀਗੀ, ਅਤੇ ਹੁਣ ਤਾਪਮਾਨ ਵਧੇ ਹੈਗੇ ਪਿਛਲੇ 20 ਦਿਨ ਤੋਂ। ਜਿਹੜੀਆਂ ਹੁਣ ਮੱਕੀਆਂ ਲੱਗੀਆਂ ਹੈਗੀਆਂ, ਸੁਚੱਜੇ ਢੰਗ ਨਾਲ ਤੁਸੀਂ ਰੱਖ ਰਖਾਵ ਕਰ ਲੈਂਦੇ ਹੈਗੇ ਹੋ ਤਾਂ 90 ਦਿਨਾਂ ਦੇ ਵਿੱਚ ਖੇਤ ਖਾਲੀ ਕਰ ਜਾਣਗੀਆਂ। ਜਿਹੜੀਆਂ ਮੱਕੀਆਂ ਅਪ੍ਰੈਲ ਦੀਆਂ ਬੀਜੀਆਂ ਹੋਈਆਂ, ਮਈ ਵਾਲੀਆਂ ਅਗਸਤ 'ਚ ਜਾਣਗੀਆਂ। ਇੱਥੇ ਹੁਣ ਤੁਸੀਂ ਮੱਕੀ 'ਚ ਤਾਂ ਚਲੋ ਜਿਹੜੀ ਗਲਤੀ ਹੋ ਗਈ, ਪਹਿਲਾਂ ਤੁਸੀਂ ਸਲਫੋਸਲਫਰੋਨ ਕਰਿਆ ਸੀ ਜਾਂ ਨਹੀਂ ਕਰਿਆ ਸੀ, ਗਰੋਥ ਹੋਈ ਜਾਂ ਨਹੀਂ ਹੋਈ, ਸੁੰਡੀ ਮਰੀ ਜਾਂ ਨਹੀਂ ਮਰੀ, ਜਾਂ ਕੋਈ ਹੋਰ ਸਮੱਸਿਆ। ਅੱਗੇ ਜਾ ਕੇ ਹੁਣ ਤੁਸੀਂ ਮੇਨ ਫਸਲ ਝੋਨਾ ਲੈਣੀ ਹੈ ਆਪਣੀ, ਆਹ ਮੇਨ ਫਸਲ ਨਹੀਂ, ਇਹ ਤਾਂ ਵਿੱਚ ਵਿਚਾਲੇ ਵਾਲੀ ਫਸਲ ਹੈ। ਅਤੇ ਝੋਨਾ ਫਸਲ ਦੇ ਨਾਲ ਸੰਬੰਧ ਆਪਾਂ ਕਿਤਾਬ ਵੀ ਲਿਖ ਚੁੱਕੇ ਹਾਂ, ਪਨੀਰੀ ਪ੍ਰਬੰਧਨ, ਸਾਰਾ ਬਾਸਮਤੀ ਹਾਈਬ੍ਰਿਡ ਪਰਮਲ, ਬਿਮਾਰੀਆਂ, ਕੀੜੇ ਮਕੌੜੇ, A to Z ਜਾਣਕਾਰੀ ਜਿੰਨੀ ਕੁ ਆਪਣੇ ਕੋਲ ਅਪਡੇਟ ਸੀਗੀ ਆਪਾਂ ਉਹਦੇ ਵਿੱਚ ਪਾਈ ਹੈਗੀ ਹੈ। ਤੁਸੀਂ ਵੀਡੀਓ ਦੇ ਰੂਪ ਵਿੱਚ ਉਹਦੀ ਅਪਡੇਟ ਲੈ ਰਹੇ ਹੋ, ਕਿਵੇਂ ਕਿੱਥੋਂ ਮਿਲਦੀ ਹੈ। ਬਟ ਅਗਲੀ ਫਸਲ ਜੇਕਰ ਤੁਹਾਡੀ ਝੋਨਾ ਚਾਹੇ ਬਾਸਮਤੀ ਆ ਅਤੇ ਚਾਹੇ ਤੁਸੀਂ ਕੋਈ PR 126 ਪਰਮਲ ਛੋਟੇ ਸਮੇਂ ਦੀ ਕਿਸਮ ਲਾਉਣੀ ਹੈਗੀ ਆ, ਤਾਂ ਉਹਨਾਂ ਕਿਸਮਾਂ ਨੂੰ ਪਹਿਲਾਂ ਇਹਦੇ ਵੱਢਣ ਦੀ ਤਰੀਕ ਡਿਸਾਈਡ ਕਰ ਲਓ ਵੀ ਕਿਹੜੀ ਤਰੀਕ ਨੂੰ ਲਾਈ ਸੀ, 90-92 ਦਿਨਾਂ ਦੇ ਵਿੱਚ ਅਚਾਰ ਪੈਣਾ ਬਿਜਾਈ ਵਾਲੀ ਤਰੀਕ ਤੋਂ, ਤਾਂ ਉਹ ਜੇ ਛੋਟੇ ਸਮੇਂ ਵਾਲੀਆਂ ਕਿਸਮਾਂ ਲਾ ਰਹੇ ਹੋ, ਲੱਗੂ ਵੀ ਸੰਘਣੀ ਅਤੇ ਲੱਗਣੀ ਵੀ ਘੱਟ ਸਮੇਂ ਦੀ ਚਾਹੀਦੀ ਆ। ਵੱਢ ਭਾਵੇਂ ਨਵੰਬਰ 'ਚ ਲਿਓ ਝੋਨਾ ਤੁਸੀਂ, ਕੋਈ ਕਣਕ ਲੇਟ ਨਹੀਂ ਹੋਣ ਵਾਲੀ, ਪਰ ਜੇ ਉਹ PR 126 ਵਰਗੀ ਕਿਸਮ ਜਾਂ ਕੋਈ ਹੋਰ ਹਾਈਬ੍ਰਿਡ ਤੁਸੀਂ 40-45 ਦਿਨਾਂ ਦੀ ਪਨੀਰੀ ਕਰਕੇ ਲਾਤੀ, ਹੱਥ ਤਾਂ ਤੁਸੀਂ ਇਸ ਫਸਲ ਤੋਂ ਵੀ ਧੋ ਲੈਣੇ ਆ, ਕਿਉਂਕਿ ਇਹਨੇ ਵੀ ਕੋਈ 150 ਕੁਇੰਟਲ ਹੀ ਨਿਕਲਣਾ, ਕੋਈ 200 ਕੁਇੰਟਲ, ਜ਼ਿਆਦਾ ਤੋਂ ਜ਼ਿਆਦਾ 250 ਕੁਇੰਟਲ। ਕੋਈ ਬਾਹਲਾ ਮਿਹਨਤੀ, ਕੋਈ ਚੰਗਾ ਕਿਸਾਨ ਜਿਹਦੀ ਲੌਂਗ ਪਲੈਨਿੰਗ ਆ, ਜਿਹਦਾ ਖੇਤ ਦਾ ਕਾਰਬਨ ਕ੍ਰੈਡਿਟ ਬਹੁਤ ਵਧੀਆ ਹੈਗਾ, ਉਹਦੀ ਕਾਰਬਨ ਪਰਸੈਂਟੇਜ 0.8 ਚੱਲ ਰਹੀ ਹੈਗੀ ਆ, ਅਤੇ ਉਹਦਾ ਖੇਤੀ ਦਾ ਤਰੀਕਾ ਜਿਹੜਾ ਹੈਗਾ ਉਹ ਵੀ ਨਿਖਰਮਾ ਤਰੀਕਾ ਹੈਗਾ, ਬਿੱਡਾਂ 'ਤੇ ਪਾਣੀ ਚੜ੍ਹਾ ਰਹੇ ਹੋ, ਫਿਰ ਬਿੱਡਾਂ 'ਤੇ ਬੀਜਣ ਦੀ ਕੀ ਲੋੜ ਸੀ? ਫਿਰ ਤੁਸੀਂ ਪਲੇਨ 'ਚ ਹੀ ਬੀਜ ਲੈਂਦੇ, ਜੀਰੋ ਡਰਿੱਲ ਹੀ ਕਰ ਲੈਂਦੇ। ਮੱਕੀ ਨੂੰ ਭਰਮਾ ਪਾਣੀ ਲੱਗ ਜਾਣਾ, 15 ਦਿਨਾਂ ਵਾਸਤੇ ਇਹਨੂੰ ਮੌਤ ਪੈ ਜਾਂਦੀ ਹੈ। ਇਹਦੇ ਮੁੜ ਕੇ ਗਡਾਈ ਕਰੇ ਬਿਨਾਂ ਕੋਈ ਹੱਲ ਨਹੀਂ ਹੋਣਾ ਹੈਗਾ, ਜੋ ਮਰਜ਼ੀ ਸਪਰੇਅ ਕਰ ਲਿਓ। ਤੁਸੀਂ ਮਾਰਕੀਟ 'ਚੋਂ ਲਿਆ ਕੇ ਹਿਊਮਿਕ ਐਸਿਡ, ਫੋਲਵਿਕ ਐਸਿਡ, ਅਮਾਈਨੋ ਐਸਿਡ ਜਾਂ ਜਬਰੈਲਿਕ ਐਸਿਡ ਕਰ ਰਹੇ ਹੋ, ਟ੍ਰਾਈਕੋਨਟਾਨੋਲ ਕਰ ਰਹੇ ਹੋ, ਇਹ ਸਾਰੀਆਂ ਚੀਜ਼ਾਂ ਇੱਕ ਕੈਮੀਕਲ ਤਹਿਤ ਹਾਰਮੋਨ ਬੇਸਡ ਪ੍ਰੋਡਕਟ ਹੈਗੇ ਆ। ਪ੍ਰੋਡਕਟ ਖੁਰਾਕ ਦੇ ਅਗਰ ਪਲਾਂਟ ਦੇ ਵਿੱਚ ਪੂਰੀ ਹੋ ਜੇ ਖੁਰਾਕ, ਤਾਂ ਜਿਹੜਾ ਇਹਨੂੰ ਆਪਾਂ ਹੁਣ ਪੁੱਛ ਕੇ ਥੋੜ੍ਹੀ ਦੱਸਾਂਗੇ ਵੀ ਤੂੰ ਇਹ ਕੰਮ ਕਰ, ਤੂੰ ਇਹ ਕੰਮ ਕਰ, ਹੁਣ ਇਹਨੇ ਕੱਦ ਵਧਾਉਣ ਵਾਲੇ ਸਮੇਂ ਵਿੱਚ ਕੱਦ ਵਧਾਉਣਾ ਹੈਗਾ, ਜੜ੍ਹ ਵਧਾਉਣ ਵਾਲੇ ਸਮੇਂ ਵਿੱਚ ਜੜ੍ਹ ਹੀ ਵਧਾਉਣੀ ਹੈਗੀ ਆ। ਜਿਹੜੀ ਲੋੜ ਹੈਗੀ ਆ ਮੱਕੀ ਦੀ ਫਸਲ ਨੂੰ, ਨਿਊਟ੍ਰੀਏਸ਼ਨ ਬਹੁਤ ਘੱਟ ਸਮੇਂ ਵਿੱਚ ਆਮ ਫਸਲ ਨਾਲੋਂ 3 ਗੁਣਾ ਚਾਹੀਦਾ ਹੁੰਦਾ, ਇਸੇ ਕਰਕੇ ਇਹਦੀ ਜੜ੍ਹ ਵੱਡੀ ਹੁੰਦੀ ਹੈ, ਇਸੇ ਕਰਕੇ ਇਹਨੂੰ ਬ੍ਰੈਡ 'ਤੇ ਰਿਕਮੈਂਡੇਸ਼ਨ ਕੀਤੀ ਜਾਂਦੀ ਹੈ। ਬਹੁਤ ਫਸਲਾਂ ਲੱਗਦੀਆਂ ਹੈਗੀਆਂ ਬ੍ਰੈਡ 'ਤੇ, ਪਰ ਤੁਸੀਂ ਨਹੀਂ ਲਾਉਂਦੇ ਹੈਗੇ। ਮੱਕੀ ਸਾਰੇ ਬਿੱਡ 'ਤੇ ਲਾਤੀ,
पर बैड के उत्ते तकनीक बैड वाली यूज नहीं हो रही। भरमा पानी 2.5 किलों च भी मोटर चली जाती है, 10 किलों च भी मोटर चली जाती है। कई को नहरी पानी भी है, नहरी पानी हैगा वधिया गल है, मोटर का पानी घट यूज होगा, बट पानी ओवर लग रहा खेत के मक्की की ग्रोथ नहीं एक सार होगी। आने वाले दिनों भी थोड़े जानकारियां अपडेट करा, चैनल पर बने रहो, इंस्टाग्राम यूट्यूब फेसबुक से छोटिया व्डिया वीडियो के राही थानू जानकारी देंदे रहने, तो शेयर वाला बटन दब के साडा होर हौसला बधाते रहो। सारे वीर धन्यवाद, थैंक यू।